ਸ਼ੂਟ ਹੋ ਰਿਹਾ ਜੀ ਫੋਟੋ ਜੱਟ ਦੀ ਤੇ ਲੋਕੇਸ਼ਨ ਦੇ ਉੱਤੇ ਪਹੁੰਚ ਗਿਆ ਜੀ ਕੀ ਤੂੰ ਬਰਫ਼ ਦੀ ਡਲੀ ਵਾਂਗੂ ਘੁਰੇਗੀ ਜਦ ਕੁੜੀਆਂ 'ਚ ਗੱਲ ਮੇਰੀ ਤੁਰੇਗੀ ਬਾਕੀ ਦੇ ਸਾਰੇ ਆਰਟਿਸਟ ਪਹੁੰਚ ਗਏ ਇੱਕ ਮੇਨ ਆਰਟਿਸਟ ਰਹਿ ਗਿਆ ਸਾਈਕਲ ਰਹਿ ਗਿਆ ਜੀ ਸਾਈਕਲ ਕੀ ਤੂੰ ਬਰਫ਼ ਦੀ ਡਲੀ ਵਾਂਗੂ ਘੁਰੇਗੀ ਜਦ ਕੁੜੀਆਂ 'ਚ ਗੱਲ ਮੇਰੀ ਤੁਰੇਗੀ ਇਹਦਾ ਗਾਣਾ ਵਧੀਆ ਸ਼ੂਟ ਹੋ ਰਿਹਾ ਆ ਫੋਨ ਦੇ ਉੱਤੇ ਕੈਮਰਾ ਲੱਗਿਆ ਹੋਇਆ ਹੁਣ बाकी दिया गल्लां जो मर्जी है वो डायरेक्टर देखो कल कितने पनीरी देखने लगे ਗੁੱਗਾ ਮਾੜੀ ਦੇ ਮੇਲੇ ਤੇ ਪਹਿਲਾ ਅਖੜਾ ਗਿੱਪੀ ਗਰੇਵਾਲ ਪਿੰਡ ਕੂੰਗਰਾ ਵਿਖੇ ਵੱਲੋਂ ਗੋਪੀ ਸਰਦਾਰ ਔਰ ਦੇਖੋ ਸਾਹਮਣੇ ਵਾਪਿਸ ਆ ਕੇ ਸਕੂਟਰ ਪੇ इन्होंने समान मंगा लिया ज्यादा इन्होंने हम समझ नहीं आती भी कि शूट करिए कि नहीं शूट करिए इस करके थोड़े कन्फ्यूज ने बाकी शूटिंग ऑल सेट चल रही है लो जी वीडियो का बस ये अखीरला पैरा है जी ये गिप्पी गरेवाल बन चुके बन जा रहा मतलब दिखाया जा रहा भी मेरी जिंदगी का पहला अखाड़ा जोड़ा मैं अज ला रहा वा पग पुग बनी आपने छोपे कटे ने बाकी देखते हम कि होती है कार्रवाई ਪਟ ਹੋਣਾ ਦਿਲ ਤੇਰਾ ਕਹਿਣ ਲੱਗਿਆ ਵੀ ਨਵਾਂ ਨਵਾਂ ਕੁੰਡਾਂ ਉੱਤੇ ਬਹਿਣ ਲੱਗਿਆ ਪਟ ਹੋਣਾ ਦਿਲ ਤੇਰਾ ਕਹਿਣ ਲੱਗਿਆ ਹਲੇ ਨਵੀਂ ਨਵੀਂ ਫੁੱਟੀ ਮੁੱਛ ਮੁੰਡੇ ਦੇ ਨੀ ਕੁੰਡੀਆਂ ਕਰਾ ਲੈਣ ਦੇ ਹੋਟੋ ਜਲਦੀ ਸਰਾਣੇ ਰੱਖ ਸੋਇਆ ਕਰੇ ਨੀ ਨੀ ਦੇਣ ਆ ਲੈਣ ਦੇ ਹੋਟੋ ਜਲਦੀ ਸਰਾਣੇ ਰੱਖ ਸੋਇਆ ਕਰੇ ਨੀ ਨੀ ਦੇਣ ਆ ਲੈਣ ਦੇ ਮੈਂ ਗਿੱਪੀ ਗਰੇਵਾਲ ਜੀ ਜੋ ਬਹੁਤ ਵਧੀਆ ਇਨਸਾਨ ਨੇ ਉਹ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਇਸ ਖਾਸ ਕਰ ਨਸ਼ਿਆਂ ਦੇ ਲਈ ਜਾਂ ਹੋਰ ਸੋਸ਼ਲ ਵਰਕ ਦੇ ਲਈ ਬਹੁਤ ਜ਼ਿਆਦਾ ਸਾਡਾ ਮਤਲਬ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਬਹੁਤ ਹੈਗੀ ਹੈ ਸੋ ਮੈਂ ਤਾਂ ਇਹੀ ਕਹੂੰਗਾ ਜੀ ਕਿ ਸਾਰੇ ਇਸ ਤੋਂ ਨਸ਼ੇ ਤੋਂ ਬਚੋ ਸਾਡੇ ਵੱਲੋਂ ਇਹੀ ਇੱਕ ਬੇਨਤੀ ਹੈ ਪਰ ਜ਼ਰੂਰ ਇਹ ਪ੍ਰਵਾਨ ਕਰਿਓ ਸਤਿ ਸ਼੍ਰੀ ਅਕਾਲ ਜੀ